ਕੋਵਿਡ ਦੇ ਨਾਲ ਬਹੁਤ ਕੁਝ ਪ੍ਰਭਾਵਿਤ ਹੋਇਆ, ਬਹੁਤ ਸਾਰੀਆਂ ਚੀਜ਼ਾਂ ਘਟ ਗਈਆਂ। ਜਿੱਦਾਂ ਆਪਾਂ ਯੂਜ਼ਡ ਕਾਰਾਂ ਦੀ ਪਹਿਲਾਂ ਗੱਲ ਕਰਕੇ ਹਟੇ ਹਾਂ, ਇਸੇ ਤਰ੍ਹਾਂ ਹੀ ਜਿਹੜੀ ਇੱਕ ਡਾਈ ਦੁਨੀਆ ਦੇ ਵਿੱਚ ਕਹਿੰਦੇ ਸ਼ਾਰਟ ਹੋ ਗਈ ਸੀ। ਡਾਈ ਉਹ ਆ ਜਦੋਂ ਕਿਸੇ ਬੰਦੇ ਦੀ ਸਕੈਨ ਕਰਦੇ ਆ ਡਾਕਟਰ, ਉਹਨਾਂ ਨੇ ਅੰਦਰ ਦੇਖਣਾ ਹੁੰਦਾ ਕਿ ਕਿਹੜੇ ਅੰਗ ਪੈਰ ਕਿਸ ਤਰ੍ਹਾਂ ਦੇ ਨੇ। ਉਹ ਪਹਿਲਾਂ ਕੋਈ ਇੰਜੈਕਸ਼ਨ ਲਾ ਕੇ ਨਾ ਰੰਗ ਇੱਕ ਜਿਹੜਾ ਡਾਈ ਹੁੰਦੀ ਜਿੱਦਾਂ ਸਿਆਹੀ ਹੁੰਦੀ ਆ ਉਹ ਬੰਦੇ ਦੇ ਅੰਦਰ ਭੇਜਦੇ ਆ, ਫਿਰ ਉਹਦੀ ਸਕੈਨਿੰਗ ਕਰਦੇ ਆ, ਅਤੇ ਸਕੈਨਿੰਗ ਕਰਨ ਤੋਂ ਬਾਅਦ ਉਹ ਜਿੱਥੇ ਜਿੱਥੇ ਰੰਗ ਜਾਂ ਨਾੜੀਆਂ ਦੇ ਵਿੱਚ ਘੁੰਮਦਾ ਜਾਂ ਉਹਦਾ ਕੋਈ ਹਿਸਾਬ ਕਿਤਾਬ ਹੁੰਦਾ ਉਹਦੇ ਤੋਂ ਅੰਦਾਜ਼ਾ ਲਾ ਲੈਂਦੇ ਵੀ ਇਸ ਬੰਦੇ ਨੂੰ ਫਲਾਣੀ ਫਲਾਣੀ ਬਿਮਾਰੀ ਆ ਜਾਂ ਇੱਥੇ ਇੱਥੇ ਆਹ ਨੁਕਸ ਹੈਗਾ ਆ। ਹੁਣ ਉਹ ਸਾਰੀਆਂ ਸਕੈਨਿੰਗ 'ਚ ਉਹਦੀ ਸਿਆਹੀ ਦੀ ਉਹਦੀ ਡਾਈ ਦੀ ਲੋੜ ਨਹੀਂ ਪੈਂਦੀ, ਪਰ ਕੁਛ ਕੇਸਿਸ ਦੇ ਵਿੱਚ ਉਹਦੀ ਲੋੜ ਪੈਂਦੀ ਆ, ਅਤੇ ਉਹ ਪਿੱਛੋਂ ਆ ਨਹੀਂ ਸੀ ਰਹੀ। ਉਹ ਕਹਿੰਦੇ ਬਣਨੋਂ ਬੰਦ ਹੋ ਗਈ, ਉਹ ਕੰਪਨੀਆਂ ਬੰਦ ਹੋ ਗਈ। ਜਿਹੜੀ ਇੱਕੋ ਇੱਕ ਕੰਪਨੀ ਸੀ ਕਹਿੰਦੇ ਬਣਾਉਂਦੀ ਸੀ, ਅਤੇ ਉਹਦੇ ਨਾਲ ਫਿਰ ਪੂਰੀ ਦੁਨੀਆ ਚੀਨ ਦੇ ਵਿੱਚੋਂ ਕੰਪਨੀ ਸੀਗੀ, ਅਤੇ ਪੂਰੀ ਦੁਨੀਆ ਦੇ ਵਿੱਚ ਉਹਦੀ ਸ਼ਾਰਟ ਹੋ ਗਈ। ਆਪਾਂ ਤੁਹਾਨੂੰ ਯਾਦ ਹੋਊਗਾ ਥੋੜ੍ਹੇ ਮਹੀਨੇ ਪਹਿਲਾਂ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ, ਅਤੇ ਖਬਰ ਅਲਬਰਟਾ ਤੋਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਅਲਬਰਟਾ ਦੇ ਵਿੱਚ ਫਿਰ ਇਹਦਾ ਸਿੱਧਾ ਇੰਪੈਕਟ ਪਿਆ ਸੀ ਜਦੋਂ ਸਾਰੀ ਦੁਨੀਆ ਦੇ ਉੱਤੇ ਪਿਆ ਸੀ, ਅਤੇ ਜਿਹੜੀਆਂ ਫਿਰ ਲੋਕਾਂ ਦੀਆਂ ਸਕੈਨਿੰਗ ਸੁਣੀਆਂ ਸੀ ਉਹ ਪਿੱਛੇ ਦੀਆਂ ਪਿੱਛੇ ਚੱਲਦੀਆਂ ਰਹੀਆਂ। ਅਤੇ ਹੁਣ ਜੀ ਈ ਹੈਲਥ ਕੇਅਰ ਇੱਕ ਕੰਪਨੀ ਸੀਗੀ ਜਿਹੜੀ ਬੰਦ ਹੋ ਗਈ ਸੀ ਇਹ ਡਾਈ ਬਣਾਉਣ ਜਾਂ ਕੋਵਿਡ 19 ਦੇ ਵਿੱਚ, ਚੀਨ ਦੇ ਸ਼ਹਿਰ ਸ਼ੰਘਾਈ ਦੇ ਵਿੱਚ ਸੀਗੀ, ਅਤੇ ਜਿਹਦੇ ਨਾਲ ਵੱਡੀ ਇੱਕ ਪ੍ਰੋਬਲਮ ਆ ਗਈ ਸੀ। ਅਲਬਰਟਾ ਹੈਲਥ ਸਰਵਿਸਿਜ਼ ਨੇ ਜਿਹਦੀਆਂ ਸਕੈਨ ਸੀਗੀਆਂ ਉਹਨਾਂ ਨੇ 7200 ਪੇਸ਼ੈਂਟ ਦੀ ਸਕੈਨ ਪੋਸਟਪੋਨ ਕਰ ਦਿੱਤੀ ਸੀ ਜੂਨ ਜੁਲਾਈ ਦੇ ਵਿੱਚ, ਅਤੇ ਜਿਹੜੇ ਉਹ ਹੁਣ ਕਹਿੰਦੇ ਅਸੀਂ ਬਹੁਤੇ ਜਿਹੜੇ ਆ ਉਹ ਕੰਪਲੀਟ ਕਰ ਲਏ ਆ। ਆਮ ਤੌਰ 'ਤੇ ਬਹੁਤੀਆਂ ਖਬਰ ਹੁੰਦੀ ਹੈ ਜਿਹੜੀਆਂ ਨੈਗੇਟਿਵ ਹੁੰਦੀਆਂ, ਪਰ ਇਹ ਪੋਜ਼ਿਟਿਵ ਖਬਰ ਆ, ਇੱਕ ਹਾਂ ਪੱਖੀ ਖਬਰ ਆ, ਚੰਗੀ ਖਬਰ ਆ ਕਿ ਜਿਹੜੀ ਅਲਬਰਟਾ ਹੈਲਥ ਸਰਵਿਸਿਜ਼ ਨੇ ਸਾਂਝੀ ਕੀਤੀ ਹੈ ਕਿ ਸਾਡੇ ਕੋਲੋਂ ਡਾਈ ਜਿੱਦਾਂ ਪਹਿਲਾਂ ਆਉਂਦੀ ਸੀ ਲਗਭਗ 90-95% ਦੇ ਉੱਤੇ ਪਹੁੰਚ ਗਈ ਆ, ਉਸੇ ਤਰੀਕੇ ਨਾਲ ਆਉਣ ਲੱਗ ਪਈ ਆ, ਅਤੇ ਅਸੀਂ ਜਿਹੜੀਆਂ ਇਹ ਉਸੇ ਤਰੀਕੇ ਦੇ ਨਾਲ ਜਿਹੜੀਆਂ ਸਕੈਨਿੰਗਸ ਆ ਉਹ ਰੋਜ਼ ਕਰਨ ਲੱਗ ਪਏ ਹਾਂ। ਪੂਰੇ ਅਲਬਰਟਾ ਦੇ ਵਿੱਚ ਜਿਹੜੀ ਅਲਬਰਟਾ ਹੈਲਥ ਸਰਵਿਸਿਜ਼ ਆ 100-150 ਜਿਹੜੀ ਇਹ ਸਕੈਨਿੰਗ ਆ ਰੋਜ਼ ਕਰਦੇ ਆ, 4000 ਇੱਕ ਮਹੀਨੇ ਦੇ ਵਿੱਚ ਸਕੈਨਿੰਗ ਹੁੰਦੀ ਆ, ਜਿਹਨਾਂ ਦੇ ਵਿੱਚ ਉਹ ਕਹਿੰਦੇ ਹੁਣ ਅਸੀਂ ਕੰਫਰਟੇਬਲ ਹਾਂ ਵੀ ਸਾਡੇ ਕੋਲ ਠੀਕ ਠਾਕ ਸਮਾਨ ਹੈਗਾ ਆ, ਅਸੀਂ ਇਹ ਡਾਈ ਦੇ ਨਾਲ ਕਰ ਸਕਦੇ ਹਾਂ। ਦੂਜਾ ਇਹਦਾ ਕਹਿੰਦੇ ਹੈਗਾ ਕਿ ਹੁਣ ਡਿਲੇ ਨਹੀਂ ਆ, ਔਰ ਪਿੱਛੇ ਜਦੋਂ ਉਹ ਕਹਿੰਦੇ ਦੇਖਦੇ ਜਦੋਂ ਸਟੈਂਡਰਡ ਟਾਈਮ ਸੀਗਾ ਐਮਰਜੈਂਸੀ ਦੇ ਵਿੱਚ, ਉਹ ਕਹਿੰਦੇ ਸਾਨੂੰ ਲੱਗਦਾ ਸੀ ਕਿ ਡਿਲੇ ਬਹੁਤੇ ਪੇਸ਼ੈਂਟ ਦੇ ਵਿੱਚ ਅਸੀਂ ਫੇਰ ਵੀ ਕੀਤਾ ਨਹੀਂ, ਕਿਉਂਕਿ ਕੋਈ ਨਾ ਕੋਈ ਹੋਰ ਤਰੀਕਾ ਜਿਹੜਾ ਲੱਭ ਲਿਆ ਸੀ। ਜਿਹੜੀ ਕੰਟਰਾਸਟ ਡਾਈ ਸੀ ਰਫਲੀ ਅੱਧੀਆਂ ਸੀਟੀ ਸਕੈਨਸ ਦੇ ਵਿੱਚ ਵਰਤੀ ਜਾਂਦੀ ਹੈ, ਮਤਲਬ ਜਿੰਨੀਆਂ ਸੀਟੀ ਸਕੈਨਸ ਹੁੰਦੀਆਂ ਅਲਬਰਟਾ ਦੇ ਵਿੱਚ ਉਹਨਾਂ ਦੇ ਵਿੱਚੋਂ ਅੱਧੀਆਂ ਦੇ ਵਿੱਚੋਂ ਡਾਈ ਪਾਉਣੀ ਪੈਂਦੀ ਸੀ, ਅਤੇ ਉਹ ਜਿਹੜੀ ਅੱਧੀ ਸੀਗੀ ਉਹਨਾਂ ਨੂੰ ਫਿਰ ਜਿਹੜਾ ਡਿਫਰ ਕੀਤਾ ਗਿਆ ਸੀ, ਅੱਗੇ ਪਾ ਦਿੱਤਾ ਗਿਆ ਸੀ ਕਿ ਤੁਸੀਂ ਅਗਲੇ ਮਹੀਨੇ ਆਇਓ ਜਾਂ ਅਗਲੇ ਮਹੀਨੇ ਆਇਓ। ਕਹਿੰਦੇ ਹੁਣ ਅਸੀਂ ਅਗਲੇ ਮਹੀਨੇ ਨਹੀਂ ਕਹਿ ਰਹੇ, ਅਸੀਂ ਇਹ ਕਰ ਰਹੇ ਹਾਂ ਦੂਜਾ ਇਹ ਸੀਗਾ ਕਿ ਉਹਦੇ ਨਾਲ ਹੀ ਫਿਰ ਦੂਜੇ ਡਾਇਗਨੋਸਟਿਕਸ ਟੈਸਟ ਕੀਤੇ ਜਾਂਦੇ ਸੀ ਕਿ ਜੇ ਹੁਣ ਡਾਈ ਹੈ ਨਹੀਂ, ਇਹਦਾ ਮਤਲਬ ਇਹ ਹੈ ਨਹੀਂ ਕਿ ਜਿਹੜਾ ਐਮਰਜੈਂਸੀ ਵਾਲਾ ਮਰੀਜ਼ ਆ ਨੂੰ ਉਸੇ ਤਰੀਕੇ ਨਾਲ ਛੱਡ ਦਿੱਤਾ ਜਾਵੇ, ਉਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਵੀ ਡਾਇਗਨੋਜ਼ ਕੀਤਾ ਜਾਂਦਾ ਸੀ। ਸੋ ਹੁਣ ਉਹ ਕਹਿੰਦੇ ਸਾਨੂੰ ਬਹੁਤਾ ਸ਼ਿਪਮੈਂਟ ਬਾਰੇ ਤਾਂ ਨਹੀਂ ਕਲੀਅਰ, ਪਰ ਇਹ ਜ਼ਰੂਰ ਆ ਕਿ ਜਿਹੜੀ ਡਾਈ ਆ ਹੁਣ ਕਾਫੀ ਠੀਕ ਠਾਕ ਹੋ ਗਈ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਦੀ ਜਿਹੜੀ ਸਪਲਾਈ ਆ ਉਹ ਹੋਰ ਨੋਰਮਲ ਹੋ ਜੂਗੀ, ਅਤੇ ਜਿਹੜੇ ਪੇਸ਼ੈਂਟ ਆ ਜਿਹੜੇ ਉਡੀਕ ਰਹੇ ਸੀ ਇਹ ਸਾਰੇ ਕੁਛ ਨੂੰ ਲੰਬੇ ਸਮੇਂ ਦੇ ਲਈ ਡਿਪਾਰਟਮੈਂਟ ਦੇ ਕੋਲ ਆਉਣ ਦੇ ਨਾਲ ਉਹਨਾਂ ਦੀ ਸਮੱਸਿਆ ਵੀ ਹੱਲ ਹੋ ਗਈ ਆ, ਅਤੇ ਹੁਣ ਜਿਹੜੇ ਲੋਕਾਂ ਦੀ ਸਕੈਨਿੰਗ ਆ ਉਹ ਟਾਈਮ ਦੇ ਉੱਤੇ ਹੋ ਸਕੂਗੀ। ਜਿੱਦਣ ਦਾ ਉਹਨਾਂ ਨੂੰ ਟਾਈਮ ਦਿੱਤਾ ਆ ਉਸੇ ਤਰੀਕੇ ਦੇ ਨਾਲ ਉਸੇ ਟਾਈਮ ਦੇ ਉੱਤੇ ਲੋਕ ਆ ਕੇ ਆਪਣੀ ਸਕੈਨਿੰਗ ਕਰਵਾ ਸਕਣਗੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।